मैं दिल्ली दंगियां च फस गया सी उत्थे जी इंदिरा गांधी दे मरण उपरंत असी जिहड़े मैं होटल रहिंदा सी ਉਹ ਕਹਿੰਦੇ ਸੀ ਕਿ ਸਰਦਾਰ ਆ ਪਹਿਲੀ ਗੱਲ ਤਾਂ ਜਿਹੜੇ ਹਰੀਸ਼ ਜੈਨ ਸੀ ਉਹ ਕਹਿੰਦੇ ਵੀ ਸੇਵਾ ਸਿੰਘ ਰੋਟੀ ਖਾਇਆ ਜਾਂ ਰੋਟੀ ਲੈ ਆ ਕੁੰਡਾ ਨਹੀਂ ਖੋਲਣਾ ਮੇਰੇ ਦਿਮਾਗ 'ਚ ਇੰਨਾ ਕਿ ਜੇ ਇੰਦਰਾ ਗਾਂਧੀ ਮਰੀ ਆ ਨਾ ਕੀ ਹੋਜੂਗਾ ਚਲੋ ਉਹ ਵੀ ਹੋਟਲ ਵਾਲਾ ਆ ਗਿਆ ਕਹਿੰਦੇ ਸਰਦਾਰ ਜੀ ਖਾਲੀ ਕਰਨਾ ਮੈਂ ਕਿਹਾ ਵੀ ਬੰਦਾ ਮਾਲਕ ਆਏਗਾ ਤਾਂ ਤਾਂ ਹੀ ਖਾਲੀ ਹੋਏਗਾ ਕੀ ਗੱਲ ਹੋ ਗਈ ਕਹਿੰਦੇ ਆਹ ਗੱਲ ਹੋ ਗਈ ਕਿ ਸਾਡਾ ਸਾੜ ਦੇਣਗੇ ਹੋਟਲ ਉਹ ਤੜਕੇ ਆ ਗਿਆ ਉਹਨੇ ਜਾਣੀ ਤੜਕੇ ਆ ਗਿਆ ਹੁਜਾ ਸਾਹਿਬ ਦੇ ਘਰੇ ਬੈਠੇ ਸੀ ਆ ਕੇ ਕਹਿੰਦਾ ਫਿਰ ਚਲੋ ਸਮਾਨ ਬੰਨੀਏ ਚਲੀਏ ਮੈਨੂੰ ਜਾਣੀ ਕੋਈ ਟੈਕਸੀ ਲਿਜਾਣ ਨੂੰ ਤਿਆਰ ਨਹੀਂ ਸੀ ਕੋਈ ਟੈਂਪੂ ਲਿਜਾਣ ਨੂੰ ਤਿਆਰ ਨਹੀਂ ਸੀ ਜਾਣਾ ਸੀ ਹੁਜਾ ਸਾਹਿਬ ਦੇ ਘਰੇ ਜੀ ਪਹਾੜਗੰਜ 'ਚੋਂ ਚਲੋ ਇੱਕ ਜੇ ਟੈਂਪੂ ਮਿਲਿਆ ਹੀ ਉਹਦੇ ਆਏ ਬਹਿ ਗਏ ਮੈਂ ਮਗਰ ਨੂੰ ਹੋ ਕੇ ਜਿਹੜੀ ਵੀ ਗਲੀ ਜਾਈਏ ਉੱਥੇ ਭੀੜ ਜਿਹੜੀ ਗਲੀ ਜਾਈਏ ਉਹਦੇ ਉੱਥੇ ਭੀੜ ਇੱਕ ਜਦੋਂ ਗਲੀ 'ਚੋਂ ਅਸੀਂ ਮੁੜੇ ਟੈਂਪੂ ਮੋੜਨਾ ਨੇ ਮੁੜਿਆ ਉਹਨਾਂ ਦੇਖਿਆ ਕਿ ਜੇ ਮੁੜਿਆ ਤਾਂ ਇਹਦੇ ਵਿੱਚ ਸਰਦਾਰ ਹੋਏਗਾ ਉਹਨਾਂ ਨੇ ਮਗਰੋਂ ਚੱਕ ਕੇ ਪੱਲਾ ਜਿਹਾ ਪਚਕਾਰੀ ਮਾਰੀ ਅੱਗ ਲਾ ਤੀ ਸੀ ਅਤੇ ਪੱਗ ਵੀ ਸੜ ਗਈ ਸੀ ਕੱਪੜੇ ਸੜ ਗਏ ਸੀ ਜੀ ਬਸ ਉਹ ਕਹਿੰਦੇ ਸੀ ਸਾਹਮਣੇ ਇੱਕ ਭੈਣ ਜੋ ਕਿ ਗੰਦਾ ਨਾਲਾ ਵਗਦਾ ਸੀ ਕਹਿੰਦੇ ਗੰਦੇ ਨਾਲੇ ਛਾਲ ਮਾਰ ਮੈਂ ਭੱਜਦਾ 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 ਮੇਰੇ ਇੱਟਾਂ ਉੱਟਾਂ ਵੀ ਲੱਗੀਆਂ ਬਹੁਤ ਮੇਰੇ ਇੱਟਾਂ ਮਾਰੀਆਂ ਉਹਨਾਂ ਨੇ ਭੱਜਦਾ ਭੱਜਦਾ ਮੈਂ ਜਾ ਕੇ ਪੁਲਿਸ ਵਾਲੇ ਬੈਠੇ ਸੀ ਖੜ੍ਹੇ ਸੀ ਉੱਥੇ ਜਾ ਕੇ ਬਹਿ ਗਿਆ ਹੋਰ ਵੀ DTC ਦੇ ਡਰਾਈਵਰ ਵੀ ਬੈਠੇ ਸੀ ਉਹ ਵੀ ਹਾਲੇ ਕਾਲਾ ਕੱਢਣ ਲੱਗ ਗਏ ਇਹ ਬੈਂਚੋ ਸਰਦਾਰ ਕਿਆ ਕਰਤਾ ਹੈ ਫਾਨਾ ਟਿਮਕਾ ਚਲੋ ਉੱਥੇ ਆ ਗਏ ਵਿਚਾਰੇ ਮੁਹੱਲੇ ਵਾਲੇ ਆ ਗਏ ਉਹ ਕਹਿੰਦੇ ਵੀ ਇੱਥੇ ਨਾਲੇ ਨਾਮਧਾਰੀਆਂ ਦਾ ਘਰ ਆ ਮੋਰਿੰਡੇ ਦੇ ਨਾਮਧਾਰੀ ਨੇ ਤੁਸੀਂ ਉਹਨਾਂ ਦੇ ਚਲ ਜਾਓ ਮੈਂ ਉਹਨਾਂ ਦੇ ਗਿਆ ਉਹ ਬੀਬੀ ਨੇ ਵਿਚਾਰੀ ਜਿਉਂਦੀ ਵੱਸਦੀ ਰਹੇ ਉਹਨੇ ਮਲਮ ਪੱਟੀ ਕੀਤੀ ਦਵਾਈ ਦਿੱਤੀ ਦੋ ਦਿਨ ਉਹਨਾਂ ਦੇ ਘਰ ਰਿਹਾ ਸੀ ਜੀ ਉਹਨਾਂ ਦੇ ਇੱਕ ਮੁਹੱਲੇ ਵਾਲੇ ਪ੍ਰਧਾਨ ਨੇ ਆ ਕੇ ਕਹਿਤਾ ਵੀ ਤੁਸੀਂ ਵੀ ਖਾਲੀ ਕਰ ਦਿਓ ਕਿ ਇੱਧਰੋਂ ਸੂਰ ਕੱਟੇ ਆਉਂਦੇ ਨੇ ਵੱਢੀ ਜਾਂਦੇ ਨੇ ਉਹ ਵੀ ਕਹਿੰਦੇ ਤੂੰ ਭਾਈ ਜਾ ਜਿੱਧਰ ਮਰਜ਼ੀ ਹੁਣ ਅਤੇ ਚਲੋ ਮੈਂ ਜਦੋਂ ਬਾਹਰ ਨਿਕਲਿਆ ਜਿੱਧਰੋਂ ਆਉਣਾ ਸੀ ਉਹਨਾਂ ਨੇ ਦੰਗਈਆਂ ਨੇ ਉੱਧਰ ਹੀ ਮੈਂ ਉੱਧਰ ਨੂੰ ਲੈਣਾ ਵੱਲ ਤੁਰ ਪਿਆ ਉਹ ਕਹਿੰਦੇ ਉਹ ਪੰਡਤਾਂ ਦਾ ਘਰ ਸੀ ਕਹਿੰਦੇ ਸਰਦਾਰ ਕੌਣਾ ਕਹਿੰਦੇ ਇਹਨਾਂ ਦਾ ਰਾਮਨਗਰ ਦੁਕਾਨ ਆ ਪਹਾੜਗੰਜ 'ਚ ਕਿ ਸਾਡੇ ਬੈਠੇ ਸੀ ਅਸੀਂ ਹੁਣ ਅਸੀਂ ਇੱਧਰ ਆ ਗਏ ਇਹਨਾਂ ਨੂੰ ਕੱਟਤਾ ਉਹ ਕਹਿੰਦੇ ਇੱਥੇ ਹੀ ਬੁਲਾ ਲਓ ਫਿਰ ਪੰਡਤਾਂ ਦੇ ਘਰੇ ਫਿਰ ਮੈਂ ਦੋ ਦਿਨ ਉੱਥੇ ਰਿਹਾ ਉੱਥੇ ਚੌਲ ਰੋਟੀ ਜੋ ਕੁਛ ਵੀ ਉਹਨਾਂ ਨੇ ਖਾਧਾ ਉਹੀ ਗੁੱਜਾ ਸਾਹਿਬ ਭਾਲਦੇ ਭਾਲਦੇ ਫਿਰ ਮੈਂ ਉੱਥੇ ਆ ਗਏ ਸੀ ਜੀ ਉਹਦਾ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਇੱਥੇ ਸਰਦਾਰ ਕਹਿੰਦੇ ਵੀ ਕਦੇ ਆ ਗਿਆ ਉਹ ਗਾਹਾਂ ਉੱਥੇ ਜਿੰਦਾ ਲੱਗਿਆ ਆ ਪੁੱਛਦੇ ਪੁੱਛਦੇ ਉੱਥੇ ਆ ਗਏ ਸੀ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਦੋ ਤਿੰਨ ਦਿਨ ਇਹਨਾਂ ਨੂੰ ਰੱਖਿਓ ਚਲੋ ਪੈਸੇ ਵੀ ਦੇ ਗਏ ਸੀ ਕੱਪੜੇ ਵੀ ਦੇ ਗਏ ਸੀ ਫਿਰ ਮੈਂ 30 ਚੌਥੇ ਦਿਨ ਲੈ ਕੇ ਗਏ ਸੀ ਯਾਨੀ ਕਿ ਰੱਬ ਬਣ ਕੇ ਬੋਲੇ ਰੱਬ ਬਣ ਕੇ ਬੋਲੇ ਸੀ ਫਿਰ ਕਿੰਨਾ ਕੁ ਡਰਾਵਣਾ ਉਹ ਸਮਾਂ ਸੀ ਉਹ ਤਾਂ ਜੀ ਉਹ ਤਾਂ ਬਿਆਨ ਹੀ ਨਹੀਂ ਹੋ ਸਕਦਾ ਉਹ ਅੱਖੀਂ ਦੇਖੀ ਮੌਤ ਆ ਮੌਤ ਨੂੰ ਅੱਖੀਂ ਦੇਖਿਆ ਜੀ ਹੁਜਾ ਸਾਹਿਬ 30 ਚੌਥੇ ਦਿਨ ਜਦੋਂ ਮੈਨੂੰ ਘਰ ਲੈ ਕੇ ਚੱਲੇ ਕ੍ਰਿਸ਼ਨ ਨਗਰ ਰਹਿੰਦੇ ਸੀ ਜੀ ਉੱਥੇ ਦੇ ਮੁਹੱਲੇ ਦੇ ਕਹਿੰਦੇ ਸਰਦਾਰ ਇੱਥੇ ਨਹੀਂ ਆ ਸਕਦਾ ਜੀ ਉਹ ਕਹਿੰਦੇ ਕਿਉਂ ਨਹੀਂ ਆ ਸਕਦਾ ਸਰਦਾਰ ਨੂੰ ਕੀ ਗੱਲ ਆ ਅਤੇ ਇਹ ਮੇਰਾ ਬੇਟਾ ਇਹ ਇਹ ਪ੍ਰਧਾਨ ਸੀ ਉੱਥੇ ਜੀ ਹੁਜਾ ਸਾਹਿਬ ਪ੍ਰਧਾਨ ਸੀ ਮੇਰਾ ਬੇਟਾ ਇਹ ਇਹ ਆਊਗਾ ਜੇ ਤੁਸੀਂ ਇਹਨੂੰ ਮਾਰੋਗੇ ਤਾਂ ਮੇਰੀ ਲਾਸ਼ ਦੇ ਉੱਤੋਂ ਤੁਸੀਂ ਲੰਘ ਕੇ ਮਾਰੋਗੇ ਜੀ ਇਹ ਨਹੀਂ ਹੋ ਸਕਦਾ ਚਲੋ ਘਰੇ ਚਲੇ ਗਏ ਪੱਗ ਵੀ ਲੈ ਕੱਪੜੇ ਵੀ ਲੈ ਲਈ ਪੈਸੇ ਦੇ ਕੇ ਆਪਣੇ ਵੀ ਵੈਸਪਾ ਸਕੂਟਰ 'ਤੇ ਸਟੇਸ਼ਨ ਚੜ੍ਹਾ ਕੇ ਆਏ ਸੀ ਜੀ ਰੇਲਵੇ ਸਟੇਸ਼ਨ 'ਤੇ ਕਹਿੰਦੀ ਘਰਦਿਆਂ ਲੱਗਦਾ ਸੀ ਕਿ ਪੂਰਾ ਹੋ ਗਿਆ ਜਦੋਂ ਘਰੇ ਆਏ ਘਰੇ ਆਏ ਤਾਂ ਖੁਸ਼ੀ ਕੁਦਰਤੀ ਹੋਣੀ ਸੀ ਜੀ ਖੁਸ਼ੀ ਉਹਨਾਂ ਨੂੰ ਸੀ ਕਿ ਉਹ ਹੈ ਨਹੀਂ ਉਹ ਇੱਕ ਡਰਾਵਣਾ ਪੰਜਾਬ ਦਾ ਮਾਹੌਲ ਸਾਰੇ ਕਨੈਕਸ਼ਨ ਕੱਟੇ ਸੀ ਫੋਨ ਕੋਈ ਮਿਲਦਾ ਨਹੀਂ ਸੀ ਹਾਂਜੀ ਲੈਂਡਲਾਈਨ ਫੋਨ ਨਹੀਂ ਸੀ ਮੋਬਾਈਲ ਤਾਂ ਹੈ ਹੀ ਨਹੀਂ ਸੀ ਜਾਂਦਾ ਹਾਂ ਲੈਂਡਲਾਈਨ ਮੋਬਾਈਲ ਤਾਂ 2 ਸਾਲ ਬਾਅਦ ਆਇਆ ਸੀ ਨੇਹਾ ਦਿੱਤਾ ਜਦੋਂ ਮੈਂ ਜਾਰੀ ਉਸ ਲੁਧਿਆਣੇ ਪਹੁੰਚਿਆ ਉਹੀ ਮੈਨੂੰ ਕਹਿੰਦਾ ਕਹਿੰਦਾ ਤੇਰਾ ਫੋਨ ਵੀ ਦਿੱਲੀੋਂ ਆਇਆ ਸੀ ਮੈਂ ਕਿਹਾ ਮੈਂ ਤੈਨੂੰ ਘਰ 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 ਵਾਸਤੇ ਕਿਹਾ ਸੀ ਘਰੇ ਕਹਿ ਦੀ ਕਹਿੰਦਾ ਘਰੇ ਜਾ ਨਹੀਂ ਹੋਇਆ ਬਸ ਇਹ ਚੱਕਰ ਸੀ ਜਾਣੀ ਹੁਜਾ ਸਾਹਿਬ ਰੱਬ ਬਣ ਕੇ ਬੋੜੇ ਸੀ ਉਹਨਾਂ ਦਾ ਜਿਹੜਾ ਕਰਜ਼ਾ ਉਹਨਾਂ ਮੇਰੇ ਸਿਰ ਕਰਜ਼ਾ ਹੋ ਸਕਦਾ ਮੈਂ 7 ਜਨਮ ਤੱਕ ਨਾ ਲਾ ਸੀ